ਅੱਜ ਕਿਵੇਂ ਆਂ ਕਿ ਰਾਤ ਬੱਪੂ ਨਾਸ ਕਰਤਾ ਤੂਫਾਨ ਨੇ ਬੁਰਾ ਹਾਲ ਕਰਤਾ ਹਨੇਰੀ ਮੀਂਹ ਬਹੁਤ ਜ਼ਿਆਦਾ ਆ ਤੇ ਪਾਲਾਂ ਪਾੜਦੀਆਂ ਤੰਬੂ ਛੱਡਤੇ ਅੱਛਾ ਤੰਬੂ ਛੱਡੇ ਪਏ ਨੇ ਤੂਫਾਨ ਵੀ ਸੀਗਾ ਤੂਫਾਨ ਬਹੁਤ ਜ਼ਿਆਦਾ ਸੀ ਆ ਤੋੜਦਾ ਬਾਂਸ ਤੋੜਦਾ ਅੱਛਾ ਬਾਂਸ ਤੋੜਦਾ ਸੋ ਇਹ ਤਸਵੀਰਾਂ ਤੁਹਾਨੂੰ ਮੈਂ ਕੁੰਡਲੀ ਸਿੰਘੂ ਬਾਰਡਰ ਦੀਆਂ ਦਿਖਾ ਰਿਹਾ ਸਾਡੀ ਲਾਈਟ ਬੰਦ ਹੋ ਗਈ ਰਾਤ ਲਾਈਟ ਬੰਦ ਪਈ ਹੈ ਰਾਤ ਦੀ ਸਾਡੀ ਲਾਈਟ ਬੰਦ ਹੋ ਗਈ ਮੱਛਰਾਂ ਨੇ ਖਾਲੇ ਮੱਛਰਾਂ ਨੇ ਖਾਲੇ ਹੈ ਸੋ ਬੁਰੇ ਹਾਲ ਹੈ ਸੋ ਦੇਖੋ ਕਿਸ ਤਰੀਕੇ ਕੀ ਹਾਲ ਹੋ ਰਿਹਾ ਮੈਂ ਤੁਹਾਨੂੰ ਅੱਗੇ ਚੱਲ ਕੇ ਵੀ ਦਿਖਾਉਣਾ ਸਾਰਾ ਦੇਖੋ ਇਹ ਸਭ ਹਨੇਰੀ ਦੀਆਂ ਰਾਤ ਦਾ ਜਿਹੜਾ ਆਇਆ ਤੂਫਾਨ ਆ ਦੇਖੋ ਉਹਦੀਆਂ ਕਾਰਸਤਾਨੀਆਂ ਨੇ ਇਹ ਕੀ ਹਾਲ ਕਰਤੇ ਸਾਡੇ ਸਾਰਾ ਕੁਝ ਸਿੜਤਾ ਬੁਰੇ ਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਹੈ ਸਾਰੇ ਤੰਬੂ ਕੋਈ ਪੈ ਸੀ ਕੋਈ ਪੈ ਰਹੇ ਸੀ ਸਾਰੇ ਡਿੱਗੇ ਹੋਏ ਨੇ ਬੁਰਾ ਹਾਲ ਕਰਤਾ ਬਾਪੂ ਠੀਕ ਹੋ ਲਓ ਜੀ ਬਾਪੂ ਹੀ ਬੈਠੇ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਰਾਤ ਤੂਫਾਨ ਨੇ ਕਾਫੀ ਨੁਕਸਾਨ ਕਰਤਾ ਹਨੇਰੀ ਬਹੁਤ ਆਈ ਹੈ ਨਾ ਜੀ ਲਓ ਜੀ ਫਿਰ ਵੀ ਬਚਾ ਰਿਹਾ ਹੈ ਨਾ ਜੀ ਲਾਈਟ ਨਹੀਂ ਆਈ ਕੱਲ ਦੀ ਬੱਤੀ ਗਈ ਹੋਈ ਹੈ ਹਨਾ ਸੋ ਲਾਈਟ ਨੇ ਮਾਰਿਆ ਆ ਦੇਖੋ ਆ ਤਾਊਰੀ ਆਪਦਾ ਤੰਬੂ ਬੰਨੇ ਬੰਦੇ ਖੋਲਦੇ ਆ ਕਿਉਂਕਿ ਇੱਥੇ ਇੱਕ ਪੱਕੇ ਲਈ ਬਹੁਤ ਇਹ ਵਿਚਾਰੇ ਡੇਲੀ ਖਾਣਾ ਪਕਾਉਂਦੇ ਆ ਸਾਰਾ ਹੀ ਇਹਨਾਂ ਦਾ ਹਾ ਉੱਡ ਗਿਆ ਤੈਸ ਮੈਸ ਹੋ ਗਿਆ ਤੁਸੀਂ ਦੇਖ ਸਕਦੇ ਹੋ ਇੰਨਾ ਨੁਕਸਾਨ ਹੋਇਆ ਰਾਤ ਕੁੰਡਲੀ ਸਿੰਘੂ ਬਾਰਡਰ ਤੇ ਆ ਤਰਪਾਲ ਹੁਣ ਇਹਨਾਂ ਨੇ ਲਾ ਕੇ ਇੱਕ ਆਹ ਪਈ ਆ ਤੇ ਇੱਕ ਪਈ ਆ ਇਸ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਸਭ ਤੋਂ ਆਪਾਂ ਕਹਿ ਲਈਏ ਹਰਿਆਣੇ ਵਾਲੇ ਤੰਦੂਰ ਦੀਆਂ ਵਿਚਾਰੇ ਰੋਟੀਆਂ ਸਾਨੂੰ ਖਵਾਉਂਦੇ ਹੁੰਦੇ ਆ ਤੰਦੂਰ ਦੀਆਂ ਰੋਟੀਆਂ ਲਾਉਂਦੇ ਆ ਇਹ ਤੁਸੀਂ ਦੇਖ ਸਕਦੇ ਹੋ ਹਾਲ ਕਾਹੋ ਠੀਕ ਹੈ ਵਾਹ ਜੀ ਹੋਰ ਜੀ ਨਹੀਂ ਜੀ ਬਸ ਧੰਨਵਾਦ ਲਓ ਜੀ ਆਹ ਇਹਨਾਂ ਦਾ ਛੰਨ ਪਾਉਣੀ ਆ ਹੁਣ ਦੇਖੋ ਹਾਲ ਕੀ ਕਰਤਾ ਲਓ ਜੀ ਆਹ ਬਾਈ ਰਾਜ ਅੱਜ ਵੀ ਕਹਿੰਦੇ ਨਾ ਕੋਠੇ ਤੇ ਸਪੀਕਰ ਲਾਈ ਰੱਖਣਾ ਪਰ ਇਹ ਧਾਰਮਿਕ ਗੀਤ ਹੀ ਲਾਉਂਦੇ ਆ ਸੁਣੋ ਹਾਏ ਹਾਏ ਤੁਸੀਂ ਸਿਰਫ ਪਿੱਛੋਂ ਗੀਤ ਸੁਣਨੇ ਆ ਜੋ ਸ਼ਬਦ ਚੱਲਦੇ ਆ ਨੱਚਦੀ।